का खालसा
ਤਾਂ ਇਹਨਾਂ ਦਾ ਝੂਠ ਹੈ ਇਹ। ਸਗੋਂ ਪਹਿਲਾਂ ਸੀ ਤੇ ਕਿਸਾਨ ਫਸਲ ਜਿੱਥੇ ਮਰਜ਼ੀ ਵੇਚ ਸਕਦਾ ਸੀ, ਹੁਣ ਅਜਿਹੀਆਂ ਨੁਕਤੇ ਇਹਦੇ ਕਾਨੂੰਨ ਲਿਆ ਕੇ ਕਿਸਾਨ ਨੂੰ ਬੰਦੀ ਬਣਾਤਾ ਕਿ ਤੂੰ ਫਸਲ ਇੱਥੇ ਹੀ ਵੇਚਣੀ ਹੈ, ਇਸ ਤੋਂ ਬਾਹਰ ਨਹੀਂ ਵੇਚ ਸਕਦਾ। ਤਾਂ ਮੇਰੇ ਦੋਸਤੋ ਇੱਕ ਗੱਲ ਹੋਰ, ਇਸ ਕਾਨੂੰਨ ਦੇ ਵਿੱਚ ਜਿਹਦੇ ਅਸੀਂ ਸਾਡੀ ਬਹਿਸ ਚੱਲ ਰਹੀ ਸੀ ਤੇ ਅਸੀਂ ਇੱਕ ਸਵਾਲ ਰੱਖਿਆ ਸੀ, ਅਸੀਂ ਕਿਹਾ ਵੀ ਤੁਸੀਂ ਇਹਨਾਂ ਕਾਨੂੰਨਾਂ 'ਚ ਲਿਖਿਆ ਕਿ ਕਿਸਾਨ ਕੋਰਟ ਨਹੀਂ ਜਾ ਸਕਦਾ, ਅਗਰ ਕਿਸਾਨ ਦਾ ਤੇ ਫਸਲ ਖਰੀਦਣ ਵਾਲੇ ਦਾ ਜਾਂ ਕਿਸਾਨ ਦਾ ਤੇ ਕੰਟਰੈਕਟਰ ਦਾ ਅਗਰ ਕੋਈ ਡਿਸਪਿਊਟ ਹੋ ਗਿਆ, ਝਗੜਾ ਹੋ ਗਿਆ ਪੈਸੇ ਦੇ ਲੈਣ ਦੇਣ ਨੂੰ ਲੈ ਕੇ, ਤਾਂ ਕਿਸਾਨ ਕੋਰਟ ਨਹੀਂ ਜਾ ਸਕਦਾ। ਤਾਂ ਉਹਨਾਂ ਦੀ ਦਲੀਲ ਦੇਖਿਓ ਕੀ ਹੈ, ਉਹਨਾਂ ਦੀ ਦਲੀਲ ਕੀ ਹੈ, ਉਹ ਕਹਿੰਦੇ ਜੀ ਇਸ ਲਈ ਕੀਤਾ ਹੈ ਕਿ ਕਿਸਾਨ ਨੂੰ ਕੋਰਟਾਂ 'ਚ ਬਹੁਤ ਲੰਬਾ ਸਮਾਂ ਇਨਸਾਫ ਨਹੀਂ ਮਿਲਦਾ, ਐਸ ਡੀ ਐਮ ਤੇ ਡੀ ਸੀ ਸਾਹਿਬ ਦੇ ਕੋਲ ਬਹੁਤ ਛੇਤੀ ਇਨਸਾਫ ਮਿਲ ਜੂਗਾ, ਨੇੜੇ ਦੀ ਕੋਰਟ ਹੈ, ਇਹ ਕਿਹਾ। ਤਾਂ ਫਿਰ ਅਸੀਂ ਜਵਾਬ ਦਿੱਤਾ ਜਿਹੜਾ, ਤੇ ਇਹ ਸਬੂਤ ਵੀ ਹੈ, ਆਹ ਸਾਡੇ ਕੋਲ ਬੈਠੇ ਨੇ ਸਿਰਸਾ ਸਾਹਿਬ ਤੇ ਅਮਨਜੀਤ ਰਾਏ ਜੀ, ਇਹ ਉਹ ਲੋਕ ਆ ਜਿਹੜੇ ਗੰਨੇ ਦੀ ਖੇਤੀ ਕਰਦੇ ਆ, ਕੰਟਰੈਕਟ ਫਾਰਮਿੰਗ ਪੰਜਾਬ 'ਚ ਹੋ ਰਹੀ ਹੈ, ਗੰਨੇ ਦੀ ਖੇਤੀ ਬੀਜੀ ਜਾ ਰਹੀ ਹੈ, ਲੋਕਾਂ ਨੇ ਗੰਨਾ ਬੀਜਤਾ, ਗੰਨੇ ਦੀ ਪੇਮੈਂਟ ਹਜੇ ਤੱਕ ਨਹੀਂ ਮਿਲੀ, ਤਿੰਨ ਤਿੰਨ ਸਾਲ ਹੋ ਗਏ ਲਿਖਦੇ ਫਿਰਦੇ ਨੂੰ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਫੈਸਲਾ ਦੇ ਦਿੱਤਾ ਕਿਸਾਨਾਂ ਦੇ ਹੱਕ 'ਚ ਕਿ ਇਹਨਾਂ ਕਿਸਾਨਾਂ ਦੀ ਇਹ ਰਾਸ਼ੀ ਇੰਨੇ ਟਾਈਮ ਦੇ ਵਿੱਚ ਸਵੇਤ ਵਿਆਜ ਕਿਸਾਨਾਂ ਨੂੰ ਦਿੱਤੀ ਜਾਵੇ, ਦੁਆਈ ਜਾਵੇ, ਇਹ ਲਿਖਿਆ ਹੈ, ਹਾਈ ਕੋਰਟ ਦਾ ਫੈਸਲਾ ਹੈ। ਹੁਣ ਸੋਚੋ ਜੇ ਗੱਲ ਧਿਆਨ ਨਾਲ ਸਮਝੋ, ਜੇ ਕਾਨੂੰਨ ਦੀ ਗੱਲ ਮੈਂ ਦੱਸਣ ਲੱਗਾ ਮੇਰੇ ਦੋਸਤੋ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਫੈਸਲਾ ਹੋਇਆ ਹੋਵੇ ਤੇ ਡੀ ਸੀ ਤੇ ਐਸ ਡੀ ਐਮ ਅੱਜ ਤੱਕ ਤਿੰਨ ਤਿੰਨ ਸਾਲ ਹੋ ਗਏ ਫੈਸਲੇ ਹੋਏ ਨੂੰ, ਤੇ ਉਹ ਫੈਸਲਾ ਲਾਗੂ ਕਰਕੇ ਕਿਸਾਨਾਂ ਨੂੰ ਪੈਸੇ ਨਾ ਦਵਾ ਸਕੇ ਹੋਣ, ਤੇ ਕੀ ਜੇ ਫੈਸਲਾ ਹੀ ਉਹਨਾਂ ਨੇ ਕਰਨਾ ਹੋਵੇ, ਕਿਸਾਨਾਂ ਦੇ ਹੱਕ 'ਚ ਫੈਸਲਾ ਹੋਏਗਾ? ਕਿਉਂ ਵੀ ਦੋਸਤੋ, ਨਹੀਂ ਹੋਏਗਾ। ਤਾਂ ਮੇਰੀ ਬੇਨਤੀ ਮੇਰੇ ਦੋਸਤੋ, ਗੱਲ ਕਰਨ ਦਾ ਮਤਲਬ ਇਹ ਸੀ ਜਿਵੇਂ ਵੀ ਮੈਨੂੰ ਕੁਹਾੜ ਕਹਿ ਕੇ ਗਿਆ ਹੈ ਕਿ ਕਾਨੂੰਨ ਕਾਲੇ ਕਿਵੇਂ ਨੇ ਉਹ ਦੱਸ ਗਏ ਨੇ, ਅਸਲ ਤਾਂ ਕਾਨੂੰਨ ਬਣਾਉਣ ਵਾਲਿਆਂ ਦੇ ਮਨ ਕਾਲੇ ਸੀ, ਮਨਸ਼ਾ ਕਾਲੀ ਸੀ, ਤੇ ਜਦੋਂ ਮਨਸ਼ਾ ਕਾਲੀ ਹੈ ਤਾਂ ਫਿਰ ਜਿਹੜਾ ਕਾਲੀ ਮਨਸ਼ਾ ਦੇ ਵਿੱਚੋਂ ਜੋ ਕੁਛ ਬਣ ਕੇ ਨਿਕਲ ਕੇ ਆਏਗਾ ਉਹ ਸਾਰਾ ਕੁਛ ਕਾਲੇ ਨਿਕਲ ਕੇ ਆਏਗਾ, ਹਕੀਕਤ ਕਹਾਣੀ ਇਹ ਹੈ। ਤਾਂ ਮੇਰੀ ਬੇਨਤੀ ਇਹ ਹੈ ਵੀਰੋ, ਅਸੀਂ ਰਾਜਨੀਤਿਕ ਤੌਰ ਤੇ ਸਾਡਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਸੰਬੰਧ ਨਹੀਂ, ਨਾ ਅਸੀਂ ਅਕਾਲੀ ਹੈ, ਨਾ ਅਸੀਂ ਕਾਂਗਰਸੀ ਹੈ, ਨਾ ਅਸੀਂ ਬੀਜੇਪੀ ਹੈ, ਨਾ ਅਸੀਂ ਆਮ ਆਦਮੀ ਹੈ, ਸਾਡਾ ਕਿਸੇ ਨਾਲ ਕੋਈ ਤਾਲੁਕ ਨਹੀਂ ਹੈ। ਅਸੀਂ ਕਿਸਾਨੀ ਦੀ ਅੰਦੋਲਨ ਨੂੰ ਅੱਗੇ ਤੋਰਨ ਵਾਸਤੇ, ਲੜਨ ਵਾਸਤੇ, ਜਿੱਤਣ ਵਾਸਤੇ ਲੜ ਰਹੇ ਹਾਂ। ਇਹ ਮੇਰੀਆਂ ਗੱਲਾਂ ਹੋ ਸਕਦਾ ਕਿਸੇ ਨੂੰ ਚੁੱਭ ਜਾਣ, ਪਰ ਮੇਰੇ ਦੋਸਤੋ ਸੱਚਾਈ ਤਾਂ ਸੱਚਾਈ ਹੈ, ਸੱਚਾਈ ਲੁਕਾਉਣੀ ਬਹੁਤ ਮਹਾਪਾਪ ਹੈ। ਅਗਰ ਸਾਡੇ ਨਾਲ ਕੋਈ ਧਰੋਹ ਕਮਾ ਰਿਹਾ ਹੈ ਤੇ ਉਸ ਧਰੋਹ ਦਾ ਮੈਨੂੰ ਪਤਾ ਹੈ ਤੇ ਮੈਂ ਤੁਹਾਨੂੰ ਦੱਸ ਨਹੀਂ ਰਿਹਾ, ਤਾਂ ਮੈਨੂੰ ਲੱਗਦਾ ਉਸ ਦੇਸ਼ ਧਰੋਹੀ ਨਾਲੋਂ, ਉਹ ਲੋਕ ਧਰੋਹੀ ਨਾਲੋਂ ਵੱਡਾ ਗੁਨਾਹਗਾਰ ਮੈਂ ਹਾਂ ਜਿਹੜਾ ਦੱਸ ਨਹੀਂ ਰਿਹਾ ਪਤਾ ਹੋਣ ਦੀ ਬਾਤ। ਸਮਝ ਲੱਗ ਰਹੀ ਹੈ ਗੱਲ ਜੀ? ਹੁਣ ਇਹਨੂੰ ਸਮਝੋ ਜੀ। ਤਾਂ ਮੇਰੀ ਬੇਨਤੀ ਸੀ ਮੇਰੇ ਦੋਸਤੋ, ਇਹ ਕਾਨੂੰਨ ਆਏ ਕਿੱਥੋਂ? ਤੇ ਅੱਜ ਮੈਂ ਇਮਾਨਦਾਰੀ ਨਾਲ ਗੱਲ ਕਰਦਾ ਮੇਰੇ ਦੋਸਤੋ, ਦੇਸ਼ ਦੀ ਕੋਈ ਵੀ ਪੋਲੀਟੀਕਲ ਪਾਰਟੀ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਹੱਕ 'ਚ ਨਹੀਂ। ਹਰ ਪੋਲੀਟੀਕਲ ਪਾਰਟੀ ਦਾ ਜ਼ੋਰ ਲੱਗਿਆ ਹੋਇਆ ਕਿ ਅੱਜ ਇੱਥੇ ਕਾਨੂੰਨ ਲਾਗੂ ਹੋਣੇ ਚਾਹੀਦੇ ਆ, ਲਾਗੂ ਹੋ ਜਾਣੇ ਚਾਹੀਦੇ। ਕਿਉਂ ਲੱਗਿਆ ਹੋਇਆ? ਮੈਂ ਕਾਰਨ ਦੱਸਦਾ ਕਿਉਂ ਲੱਗਿਆ ਹੋਇਆ। ਸਾਰਿਆਂ ਨੂੰ ਪਤਾ ਹੈ ਕਿ ਅਗਰ ਕੱਲ੍ਹ ਨੂੰ ਸਦਾ ਤੇ ਅਸੀਂ ਆਏ ਤਾਂ ਇਹ ਕਾਨੂੰਨ ਸਾਨੂੰ ਲਾਗੂ, ਪੂਰੇ ਦੇਸ਼ ਦੇ ਸਾਰੇ ਕੁਦਰਤੀ ਸੋਮੇ ਕਾਰਪੋਰੇਟ ਆਪਣੇ ਮਿੱਤਰ ਅਡਾਨੀਆਂ ਦੇ ਅਬਾਨੀਆਂ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਹੋਇਆ, ਇਹ ਦੇਣ ਦੇ ਲਈ ਤਤਪਰ ਹੈ, ਉਹ ਮਰ ਜਾਣ।
कहना मंजूर है मोदी को पर पिछे हटने लिए तैयार नहीं। पर मेरे दोस्तों जानना पड़ेगा कि मैं गल की है कि दूजे भी क्यों नहीं तैयार, सारे क्यों चाहते हैं कि कानून लागू होने चाहिए है। इस करके डबल ड्यूटीओ के अंदर एक केस पिया होया है कि भारत अपने किसानों एमएसपी देनी बंद करे, क्यों नहीं बंद करता, एक केस पिया होया है। उस केस तो हरेक बचना चाहता है। वो पोलिटिकल पार्टी कोई भी होगा, मैंने पता है कि अगर कल सदा से असी आए तो यह कानून सानू लागू करने पैने, एमएसपी सानू खत्म करनी पैनी है। इस करके अज मोदी इस सबू हाथी फड़ी बैठा, अगर डंग बजेगा तो कल मोदी ने बजेगा, असं तो सिर रहा असी तो नगर कानून लागू हो जाए तो असं आपके पांच साल सौखे लगावे। इस गल मेरे दोस्तों सारे का इस गल के जोर है। पिछे माड़ी जी झाती मारे थोड़ा जा पिछे चलियो, इस कानून का एक निशाना है कि एमएसपी खत्म करनी है। एमएसपी खत्म करने के लिए खरीद नीति खरीद पॉलिसी एफसीआई तोड़ी जानी है भरावो, पहला एफसीआई टूटेगी और अपने आप हौली हौली तुहाडियां खरीद दीआं नीतियां खत्म हो जाणगीआं। जिवें अज एफसीआई मक्की नहीं खरीदती, जिहड़े किसानों ने मक्की की खेती की एमएसपी 1840 रुपए होने के बावजूद साडे देश का किसान 600 रुपए में मक्की छिटन के लिए उन्होंने नहीं मजबूर होया अखों के सामने। इस तरह अगर एमएसपी तोड़ने वास्ते एफसीआई टूट जाती है तो जो खरीदने वाला ही कोई ना रहा, एमएसपी भी अपने आप पिछे हट जानी है, एमएसपी भी खत्म हो जानी है। तो मेरे दोस्तों इस एमएसपी के मगर एमएसपी खत्म करने के जो जोर लगे है ये कितों निकल के आए हैं कानून। मैं बेनती की है कि इन कानूनों की मंशा थोड़ी फसल की खरीद की पॉलिसी तो भजन तो सिवा कुछ नहीं, एक ही मंशा कि फसल खरीदने की पॉलिसी तो भजना है। पर फसल मिट्टी के भाव खरीदी जानी है, क्यों मिट्टी के भाव खरीदी जानी है। नरेंद्र मोदी रोज कहना है एमएसपी है, एमएसपी था और एमएसपी रहेगा, ये कह रहे हैं ना। मेरा सवाल है नरेंद्र मोदी जी से, अगर एमएसपी है था रहेगा, यूपी के बिहार का किसान क्यों 900 रुपए झोना बेचने लिए मजबूर है, कितने सिंचाई एमएसपी उस वे यूपी के बिहार का किसान 900 रुपए झोना सीखना पाया, वो क्यों सीखना पाया, और इतने जाकर पंजाब के अंदर क्यों बिकिया, क्योंकि इतने एफसीआई खरीद रही है, इतने मंडी ढांचा चल रहा है। इस करके मेरे दोस्तों उतों का किसान की फसल जी है 800-900 हजार रुपए में वेच के इतने जाके 1888 रुपए भरी गई है। तो मेरी बेनती है मेरे दोस्तों, ये जो गल फसल की खरीद की पॉलिसी को भजन की मैं बेनती कर रहा है, यह कितों निकल के आई है, यह गैट के विचों निकल के आई है मेरे प्यारे मित्रों, गैट चो गैट से साइन कौन करने वाला है, गैट से साइन करने वाला नरसिम्हा राव, नरसिम्हा राव कीड़ा सी नरसिम्हा राव भाई, कसर है किसे च, नरसिम्हा राव तो साडे जोड़ा के बैठा उहदा साइन है। उस वेले जदों इहदे साइन होने की गल चली इहदे विच बहुत खतरनाक चीजा ने, तुहाडी फसल खरीदण तों सिवा होर बहुत कुछ है, एक छोटी मोटी गल नहीं आए है इहदे विच, होर देखो तुहाडी मौत दे कारण की है। एक निक्की जी गल मैं गल करके गल लगे तुरा, इहदे विच कहा कि जिस दिन इहदे विच कहा कि जिस दिन गैट लागू होएगा भारत के लोग जो कुछ खाद्य पदार्थ वरतते ने 8% हर साल बाहरले कंट्रियां तो मंगाना पड़ेगा, चाहे देश के अंदर वापर भी क्यों ना हो। लिखिया गैट के अंदर गल बड़ी छोटी लगती है कि 8% की कि गल है,
एक निकी जी पूछ हो लाई है वो की कि हर साल अद्धा परसेंट इंक्रीज होता जाएगा, हर साल अद्धा परसेंट हो जुड़ता जाएगा। तो मेरे दोस्तों ये 2004 च लागू होया, 2004 तो लैके अज तक तुहाडी मजबूरी है, साडे देश की मजबूरी है कि इन्हां नूं आ 2024 दे विच जाके 20 साल हो जाने लागू होए नूं 10% हो आ 8.5% पिछे 18-19% बाहर तो खरीदना पैना है। हौली हौली जो 10% जुड़ता गया तो देश के किसान का अनाज मिट्टी के पास सिकना पैना है और बाहरला चक्के खरीदना पैना। मेरे दोस्तों कितनी खतरनाक पॉलिसी है, ये हालात है साडे देश का। होर एक गल दसा, ये लिखिया है कि अगर गैट का कोई कानून भारत के किसी कानून का विरोधी है, इन्हों का एक दूजे का तालमेल नहीं बैठता, तो भारत को अपना कानून बदलना पड़ेगा, गैट का कानून नहीं बदलिया जाएगा। यह पूछा गया बच्चा, हम सवाल यह है कि जेकर भारत के संविधान का कानून बदलना पड़ता है तो कि भारत का संविधान बेईमान लोगों की नीति करके, इन्हों लोगों की नीतियां करके कि गैट का गुलाम नहीं होगा। मेरे मित्रों दसो ईमानदारी, क्योंकि दोस्तों समझ आ रही है गल की, तो जो ये कुछ हो रहा है फिर सवाल इतने खड़ा होता है कि एडा खतरनाक, तो फिर भी सहन होए तो जो उन्होंने निगाह मार गए तो बड़ी अजीब कहानी होर निकल के बाहर आती है। उस वे प्रिंसीपल सैकटरी भारत सरकार के SP शुक्ला जी ठोक के विरोध किया कि बिल्कुल मैंबर नहीं बनना चाहिए SP शुक्ला ने। भारत सरकार वालों MP की एक कमेटी बनाई गई कि पड़ताल करो कि ये मैंबर बनना चाहिए या नहीं बनना चाहिए। MP की कमेटी ने रिकमेंडेशन दी कि सानू ये मैंबर नहीं बनना चाहिए। वाहेगुरु जी का खालसा, वाहेगुरु जी की फतेह। प्यारे दोस्तों, मेरी बेनती है सब तो पहला एक बार आप देखे जो बैठ गए आए थे